ਦੋ ਚੀਜ਼ਾਂ ਜਿਹੜੀਆਂ ਇਹ ਸਾਰੀ ਇਨਸਾਨੀਅਤ ਹੈ ਕਿਆ ਔਰ ਸਾਰੀ ਧਰਤੀ ਹੈ ਕਿਆ ਬਈ ਉਹ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਬਈ ਸਾਰੀ ਇਨਸਾਨੀਅਤ ਹੈ ਕਿਆ ਇਤੇ ਕੋਈ ਕੋਈ ਹੈ ਹੀ ਨਹੀਂ ਇੱਕ ਪਾਸੇ ਉਹ ਪੰਜਾਬ ਦੇ ਵਿੱਚ ਵੀ ਦੋ ਤਿੰਨ ਕੱਠੀਆਂ ਕੀਤੀਆਂ ਆ ਜਾ ਕੇ ਬਈ ਆਹ ਮੱਝ ਆਇਆ ਮਾਲਵਾ ਹੈ ਮਰਾ ਹਣ ਗਾਂ ਤਾਂ ਉਹਨਾਂ ਨਾਲ ਸਾਡਾ ਖਾਣਾ ਸਾਂਝਾ ਨਾ ਸਾਡਾ ਪੰਜਾਬ ਸਾਂਝਾ ਨਾ ਬੋਲੀ ਸਾਂਝੀ ਆ ਪਰ ਬੜੇ ਅੱਛੇ ਇਨਸਾਨ ਨੇ ਕਈ ਜਿਹੜੇ ਮਲਵਈ ਵੀ ਨੇ ਮੇਰੇ ਦੋਸ ਸਾਡੇ ਇਲਾਕੇ ਦੇ ਲੋਕ ਵੀ ਨੇ ਉਹਨਾਂ ਦੇ ਵਿੱਚ ਵੀ ਮਾੜੇ ਬੰਦੇ ਹੈਗੇ ਚੁਗ ਲੈਗੇ ਬਹੁਤ ਇੱਕ ਹੈਗਾ ਜਾ ਕੇ ਸਨਮਾਨਤ ਹੋਣਾ ਅੱਜ ਕੱਲ ਬੜਾ ਕੰਮ ਚੱਲ ਰਿਹਾ ਹੈ ਜਾ ਕੇ ਭੈਜੀ ਫਲਾਨੇ ਨੇ ਉਹਨੂੰ ਸਨਮਾਨਤ ਕੀਤਾ ਫਲਾਨੇ ਨੇ ਉਹਨੂੰ ਸਨਮਾਨਤ ਕੀਤਾ ਜਾ ਕੇ ਦੇਖੋ ਇਹ ਸਨਮਾਨਤ ਹੋਣਾ ਵੀ ਇੱਕ ਜਿਹੜਾ ਹੈਗਾ ਲਾਲਚ ਹੈ ਧ ਹਾਰਜੈਂਡਰ ਥਿਨ ਸ਼ੋ ਤਨਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਗੱਲ ਤੋਂ ਪਹਿਲਾਂ ਦੋ ਗੱਲਾਂ ਮੈਨੂੰ ਡਿਸਟਰਬ ਕਰ ਰਹੀਆਂ ਮੈਂ ਉਹ ਪਹਿਲਾਂ ਕਰ ਲੀਆਂ ਜੀ ਤਨਸੇ ਦੇਖੋ ਇੱਕ ਤਾਂ ਹੈਗੀ ਇਹ ਵੀ ਜੋ ਆਰਗੇਨਾਈਜ਼ਡ ਰਿਲੀਜਨ ਜਿਹਨਾਂ ਨੂੰ ਰਿਲੀਜੀਅਸ ਸਮਝਦਾ ਉਹਦੇ ਹਿਸਾਬ ਨਾਲ ਤਾਂ ਮੈਂ ਰਿਲੀਜੀਅਸ ਹੈ ਨਹੀਂ ਆਈ ਐਮ ਨਾਟ ਅ ਰਿਲੀਜੀਅਸ ਮੈਨ ਪਰ ਜ਼ਿੰਦਗੀ ਵਿੱਚ ਦੋ ਚੀਜ਼ਾਂ ਇਹ ਹੋ ਜਾਈਆਂ ਨਹੀਂ ਹੈ ਜਿਨੀਆਂ ਮੈਨੂੰ ਜਵਾਨੀ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਰਿਹਾ ਮੈਨੂੰ ਗਾਈਡ ਕੀਤਾ ਔਰ ਬਦਲੀਆਂ ਨਹੀਂ ਹੋ ਤੇ ਹੀ ਮੇਰੇ ਬਹੁਤ ਵਿਚਾਰ ਮੇਰੇ ਬਦਲ ਗਏ ਜੀ ਪਰ ਉਹ ਦੋ ਵਿਚਾਰ ਐਸੇ ਆ ਜਿਹੜੇ ਹੁਣ ਤੱਕ ਮੇਰੇ ਨਾਲ ਉਨੇ ਹੀ ਤਕੜੇ ਆ ਜਿੰਨੇ ਉਸ ਵੇਲੇ ਸੀਗੇ ਅੱਛਾ ਹਾਂਜੀ ਉਹਦੇ ਵਿੱਚ ਇੱਕ ਤਾਂ ਇਹ ਮਾਨਸਿਕਾ ਜੀ ਕਿ ਮਾਨਸ ਕੀ ਜਾਤ ਸਬੇ ਇੱਕੇ ਪਹਿਚਾਨ ਬੋ ਸਾਰੀ ਇਨਸਾਨੀਅਤ ਇੱਕ ਆ ਉਹਨੋਂ ਸਾਰੇ ਬਰਾਬਰ ਮੈਂ ਇਹ ਵੀ ਜਵਾਨ ਜੀ ਵੀ ਇਦਾਂ ਸਮਝਦਾ ਸੀ ਹੁਣ ਵੀ ਮੈਂ ਇਦਾਂ ਸਮਝਦਾ ਜੀ ਇਹ ਇਹ ਜਿਹੜਾ ਗੁਰੂ ਸਾਹਿਬ ਦਾ ਸ਼ਲੋਕ ਹੈ ਸ਼ਬਦ ਹੈ ਜਾਂ ਕਥਨ ਹੈ ਇਹ ਮੇਰੇ ਨਾਲ ਇਦਾਂ ਚਿੰਬੜਿਆ ਹੈ ਨਾ ਜਿਹਾ ਕਿ ਇਹ ਮੈਨੂੰ ਇੱਧਰ ਉੱਧਰ ਨਹੀਂ ਹੋਣ ਦਿੰਦਾ ਜੀ ਇੱਕ ਗੱਲ ਜੀ ਇਸ ਕਰਕੇ ਮੇਰੇ ਤੇ ਕਦੇ ਇਦਾਂ ਨਹੀਂ ਹੁੰਦਾ ਜਾ ਕੇ ਵੀ ਆ ਫਲਾਨੇ ਤੱਕ ਰੱਖਦਾ ਫਲਾਨੀ ਜਾ ਤਾ ਫਲਾਨੇ ਤਰਮਨਾ ਫਲਾਨੇ ਇਹ ਕੀ ਹੈ ਇਨਸਾਨੀਅਤ ਇਹ ਕੀ ਹੈ ਜੀ ਦੂਜਾ ਵਿਦੇਚੇ ਹੈਗਾ ਜੀ ਵੀ ਮਾਤਾ ਧਰਤ ਮਹਤ ਸਾਰੀ ਧਰਤੀ ਜਿਹੜੀ ਇਹ ਕੀ ਹੈ ਸਾਰੀ ਧਰਤੀ ਮਾਤਾ ਆ ਇਦਾਂ ਨਹੀਂ ਹੈ ਵੀ ਬਾਗੇ ਤੋਂ ਇਧਰ ਲਈ ਮਾਤਾ ਆ ਤਾਂ ਇਧਰ ਲਈ ਮਾਤਾ ਨਹੀਂ ਹੈ ਤਬਲੇਨ ਵਾਲੀ ਮਾਤਾ ਆ ਤਾਂ ਇੱਥੇ ਵਾਲੀ ਨਹੀਂ ਮਾਤਾ ਇਦਾਂ ਨਹੀਂ ਹੈ ਜਾ ਕੇ ਇਸ ਚੀਜ਼ ਨੇ ਮੈਨੂੰ ਇਹ ਦੱਸਿਆ ਜਾ ਕੇ ਵੀ ਮੁਲਕਾਂ ਦੀਆਂ ਹੱਦਬੰਦੀਆਂ ਵੀ ਕੋਈ ਜਿਹੜੀਆਂ ਹੈ ਮੈਨ ਨਹੀਂ ਨਹੀਂ ਰੱਖਦੀਆਂ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਮਨੁੱਖਾਂ ਦੀਆਂ ਬਣਾਈਆਂ ਐ ਹੱਦਬੰਦੀਆਂ ਵੀ ਮਨੁੱਖਾਂ ਦੀਆਂ ਬਣਾਈਆਂ ਐ ਤਾਂ ਜਾਤ ਪਾਤ ਵੀ ਮਾਨਸ ਕੀ ਜਾਤ ਵੀ ਨਹੀਂ ਤੋੜੀ ਹੋਈ ਹੈ ਸਾਰੀ ਜਾ ਕੇ ਇਹ ਦੋ ਚੀਜ਼ਾਂ ਜਿਹੜੀਆਂ ਇਹ ਸਾਰੀ ਇਨਸਾਨੀਅਤ ਹੈ ਕਿਉਂ ਸਾਰੀ ਧਰਤੀ ਹੈ ਕਿਉਂ ਇਹ ਸਾਰੀਆਂ ਹੀ ਮੈਨਵੇਜ ਹੈ ਬਾਕੀ ਸਾਰੀ ਇਹਨਾਂ ਦੋ ਚੀਜ਼ਾਂ ਨੇ ਮੈਨੂੰ ਬਹੁਤ ਰੱਖਿਆ ਹੁਣ ਤੱਕ ਕਾਇਮ ਜੀ ਹਮਮ ਔਰ ਉਹਦੇ ਨਾਲ ਜਿਹੜਾ ਫਿਰ ਹੁਣ ਮੈਨੂੰ ਦੁੱਖ ਹੁੰਦਾ ਜੀ ਦੁੱਖ ਮੈਨੂੰ ਇਸ ਗੱਲ ਤੇ ਹੁੰਦਾ ਜਾ ਕੇ ਜੀ ਵੀ ਉਹਨੂੰ ਇੰਨਾ ਤੋੜਿਆ ਮਰੋੜਿਆ ਗਿਆ ਜਾ ਕੇ ਔਰ ਬੋਤਿਆਂ ਹਾਲਤਾਂ ਵਿੱਚ ਤੋੜਿਆਂ ਬਰੋੜਿਆਂ ਵੀ ਉਹਨਾਂ ਬੰਦਿਆਂ ਨੇ ਗਿਆ ਜਿਹੜੇ ਰਸਮੀ ਤੌਰ ਤੇ ਸਮਝਦੇ ਆ ਕਿ ਇਹ ਜਿਹੜੀਆਂ ਦੋ ਗੱਲਾਂ ਕਈਆਂ ਹਾਂ ਠੀਕ ਆ ਹੁਣ ਮੈਂ ਕਹਿਣਾ ਪਤਾ ਕੀ ਜਾਨਾ ਕਹਿਣਾ ਮੈਂ ਇਹ ਚਾਹੁੰਦਾ ਜੀ ਕਿ ਇੱਥੇ ਮਾਝਾ ਮਾਲਵਾ ਦੁਆਬੇ ਦਾ ਰੌਲਾ ਪਿਆ ਆ ਜੀ ਹੂੰ ਇਹ ਮੈਂ ਸੁਣਦਾ ਜਦ ਮੈਂ ਜਾਨਾ ਜੀ ਉਹ ਗੱਲਾਂ ਇਦਾਂ ਕਰਦੇ ਆ ਜੀ ਇਹ ਮਲਵੇਈ ਐ ਹੁੰਦੇ ਆ ਜੀ ਮਾਝੀ ਵਾਲੇ ਆ ਹੁੰਦੇ ਆ 도ਆਬੀ ਐ ਹੁੰਦੇ ਆ ਜਾ ਕੇ ਇਹ ਕੁਝ ਹੋਇਆ ਜਾ ਕੇ ਮੈਨੂੰ ਇੰਨਾ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਜਾ ਕੇ ਵੀ ਉਹ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਵੀ ਸਾਰੀ ਇਨਸਾਨੀਅਤ ਦੇਖਿਆ ਇਤੇ ਕੋਈ ਕੋਈ ਹੈ ਹੀ ਨਹੀਂ ਇੱਕ ਪਾਸੇ ਉਹ ਪੰਜਾਬ ਦੇ ਵਿੱਚ ਵੀ ਦੋ ਤਿੰਨ ਇਕੱਠੀਆਂ ਕੀਤੀਆਂ ਆ ਜਾ ਕੇ ਵੀ ਆਹ ਮੱਝ ਆਇਆ ਮਾਲਵਾਇਆ ਮਰਾ ਦੇਖੋ ਤਨ ਸਾਹਿਬ ਆਈਡੀ ਦੱਸਣ ਦੇ ਲਈ ਕੋਈ ਇਹ ਗਲਤ ਗੱਲ ਨਹੀਂ ਤੁਸੀਂ ਦੱਸ ਸਕਦੇ ਹਾਂ ਜੀ ਵੀ ਮੇਰਾ ਇਲਾਕਾ ਜਿਹੜਾ ਹੈਗਾ ਹੈ ਜੀ ਪਰ ਉਹਦੇ ਤੇ ਪ੍ਰਾਊਡ ਫੀਲ ਕਰਨਾ ਪਵੇ ਅਸੀਂ ਐ ਮਲਬਈਏ ਹੁੰਨੇ ਅਸੀਂ ਦੁਆਬੀਏ ਮਝਾਈਏ ਹੁੰਨੇ ਆ ਜਾ ਕੇ ਉਹ ਜਿਹੜੀ ਗੱਲ ਹੈਗੀ ਉਹ ਜਾਨੀ ਇਸ ਮਿਲ ਦੇ ਵਿੱਚ ਫਿੱਟ ਨਹੀਂ ਆਉਂਦੀ ਹੈ ਪੇ ਸਾਰੀ ਮਾਨਸ ਕੀ ਜਾਤ ਹੈ ਪ੍ਰਾਊਡ ਫੀਲ ਕਰਨ ਵਾਲੀ ਗੱਲ ਨਹੀਂ ਹੈ ਇਹ ਨਹੀਂ ਪੇ ਅਸੀਂ ਪ੍ਰੂਣੀ ਆ ਪੇ ਅਸੀਂ ਜਲੇ ਪਰ ਮਲਬਈਏ ਜੀ ਅਸੀਂ ਦੁਆਬੀਏ ਅਸੀਂ ਪ੍ਰਾਊਡ ਵਾਲੀ ਇਹਦੇ ਵਿੱਚ ਕੀ ਗੱਲ ਹੈ ਸਾਰੇ ਇਨਸਾਨੀਅਤ ਦਾ ਹਿੱਸਾ ਆ ਹਰ ਇਨਸਾਨ ਦੇ ਵਿੱਚ ਉਹੀ ਇਨਸਟਿੰਕਟਸ ਆ ਉਦਾਂ ਹੀ ਵਰੀ ਕਰਦਾ ਉਦਾਂ ਹੀ ਗੁੱਸਾ ਆਉਂਦਾ ਉਦਾਂ ਹੀ ਸੈਕਸ ਆ ਉਹਦੇ ਵਿੱਚ ਉਦਾਂ ਹੀ ਉਹ ਜਾ ਕੇ ਸਾਰੀਆਂ ਚੀਜ਼ਾਂ ਇੱਕੋ ਹੀ ਆ ਜਾ ਕੇ ਜੀ ਤੁਸੀਂ ਕਿਸ ਗੱਲ ਤੇ ਪ੍ਰਾਊਡ ਕਰਦੇ ਆ ਜਾ ਕੇ ਤੁਸੀਂ ਤੁਹਾਡੇ ਇਲਾਕੇ ਦੀਆਂ ਕੋ ਖਾਸ ਗੱਲਾਂ ਹੋ ਸਕਦੀਆਂ ਪਰ ਉਹ ਮੈਨੂੰ ਤਾਂ ਤੁਸੀਂ ਦੱਸਿਆ ਗਿਆ ਆਈ ਐਮ ਨਾਟ ਸ਼ੋਰ ਇਹ ਤੇ ਵੀ ਇਹ ਇੱਥੇ ਤਾਂ ਜਦ ਕੋਈ ਛੋਟੀ ਮੋਟੀ ਕਿਤੇ ਇਲੈਕਸ਼ਨ ਹੁੰਦੀ ਹੈ ਉਹਦੇ ਤੇ ਵੀ ਇਹ ਚੀਜ਼ ਅਸਰ ਕਰ ਰਹੀ ਹੈ ਜਾ ਕੇ ਬੇ ਮਲਵੇਈ ਖੜਾ ਕੇ ਇਹ ਦੁਆਬੀਆ ਖੜਾ ਤਾਂ ਫਲਾਣਾ ਖੜਾ ਜਾ ਕੇ ਇਹ ਇਹ ਕੁਝ ਹੋ ਰਿਹਾ ਸੋ ਅੱਜ ਦੀ ਗੱਲ ਮੇਰੀ ਇੱਕ ਬੇਨਤੀ ਹੈ ਵੀ ਇਹਦੇ ਚੋਂ ਨਿਕਲੋ ਇਹਦੇ ਚੋਂ ਨਿਕਲੋ ਕਮਜ਼ ਕਮ ਇਸਤੇ ਤੇ ਨਾ ਹੋ ਵੀ ਅਸੀਂ ਫਲਾਣੇ ਆ ਅਸੀਂ ਫਲਾਣੇ ਆ ਫਲਾਣੇ ਆ ਇਹ ਇੱਕ ਪਾਸੇ ਦਾ ਹੈਗਾ ਵੀ ਸਾਰੀ ਇਨਸਾਨੀਅਤ ਇਹ ਕਹੇ ਤੁਸੀਂ ਜਾ ਕੇ ਪੰਜਾਬੀਆਂ ਦੇ ਵਿੱਚ ਵੀ ਕਹਾ ਕੀਤਾ ਜਾ ਕੇ ਫਿਰ ਆਓ ਇਹਦੇ ਵਿੱਚੋਂ ਨਿਕਲੋ ਸੋ ਇੱਕ ਤਾਂ ਮੇਰੇ ਦਿਮਾਗ ਦੇ ਵਿੱਚ ਇਹ ਜਿਹੜੀ ਗੱਲ ਸੀ ਇਹ ਬਹੁਤ ਮੈਨੂੰ ਇਹ ਦੁਖੀ ਕਰਦੀ ਹੈ ਇਨ ਸਭ ਇੱਕ ਵਾਰ ਮੈਂ ਤੁਹਾਨੂੰ ਦੱਸਾਂ ਇੱਕ ਵਾਰ ਰੈਸਲਿੰਗ ਦੀ ਗੱਲ ਹੈ ਮੈਂ ਦਿੱਲੀ ਇੱਕ ਅਖਾੜੇ ਦੇ ਵਿੱਚ ਗਿਆ ਉੱਥੇ ਕਰੋਨਾ ਸੀਗਾ ਮੈਨੂੰ ਸੀਗਾ ਕੰਮ ਉਹਦੇ ਵਿੱਚ ਜਿਹੜੇ ਅੰਦਰ ਮੁੰਡਿਆਂ ਨੇ ਲਿਖ ਕੇ ਲਾਇਆ ਸੀ ਗਰਵ ਸੇ ਕਹੋ ਹਮ ਫੇਰ ਉਹਨੇ ਆਪਣਾ ਧਰਮ ਹਮ ਫਲਾਨੇ ਹੈ ਗਰਭ ਸੇ ਕਹੋ ਵੀ ਹਮ ਫਲਾਨੇ ਹੈ। ਯਾਨੀ ਇਹਦੇ ਵਿੱਚ ਮੈਂ ਸੋਚਦਾ ਸੀ ਵੀ ਇਹ ਜੇ ਤੁਸੀਂ ਇਹ ਲਿਖ ਦਿੰਦੇ ਵੀ ਗਰਭ ਸੇ ਕਹੋ ਹਮ ਇਨਸਾਨ ਹੈ ਫੇ ਤਾਂ ਚਲੋ ਸਮਝ ਆਉਂਦੀ ਗੱਲ ਜਾ ਕੇ ਗਰਭ ਸੇ ਕਹੋ ਜਾ ਕੇ ਮੈਂ ਬੁਲਵਾਈਆਂ ਤਾਂ ਗਰਭ ਸੇ ਕਹੋ ਤਾਂ ਮੈਂ ਤਾਂ ਅਭੀ ਆਇਆ ਤਾਂ ਮੱਝ ਇਹਦੇ ਵਿੱਚ ਕਮਸ ਕਮ ਇਹਦੇ ਵਿੱਚ ਜਿਹੜੇ ਹੈਗਾ ਇਹ ਇਹ ਨਿਕਲਣ ਵਾਲੀ ਗੱਲ ਹੈਗੀ ਆ ਜਾ ਕੇ ਜਾ ਕੇ ਜੇ ਤੁਸੀਂ ਅੱਛਾ ਅਸੂ ਇੱਕ ਮਿੰਟ ਲਈ ਤੁਸੀਂ এনवायरमेंट ਦਾ ਵਿਸ਼ਵਾਸ ਕਰਦੇ ਹੋ ਨਾ ਆਲੇ-ਦਾਲੇ ਦੇ ਤੁਹਾਡੇ ਹਾਂ ਆ ਉਹ ਬੱਚੇ ਦੀ ਪਰਵਰਿਸ਼ ਜਿਹੜੀ ਆ ਕਿਸ এনवायरमेंट ਚ ਹੋਣੀ ਆ ਇਹ ਤਾਂ ਤੁਸੀਂ ਦੇਖਦੇ ਹੋ ਨਾ ਹਾਂ ਜਿੱਥੇ ਹਰੈਡਿਟਰੀ ਤੇ এনवायरमेंट ਦੋ ਫੈਕਟਰਸ ਨੇ ਹਾਂ ਇੱਕ ਤਾਂ ਤੁਸੀਂ ਇਨਹੈਰਿਟ ਕਰਦੇ ਹੋ ਹਰੈਡਿਟਰੀ ਦੇ ਬਿਲਕੁਲ ਆਈ ਅੰਡਰਸਟੈਂਡ ਹਾਂਜੀ ਇੱਕ ਉਹ ਹਰੈਡਿਟਰੀ ਚ ਬੌਰਨ ਹੋਏ ਬੱਚੇ ਨੂੰ ਕਿਸੇ ਖਾਸ এনवायरमेंट ਚ ਪਾਲਦੇ ਹਾਂ ਹਾਂ ਉਹੀ ਬੱਚਾ ਜੇ ਉਹਨੂੰ ਤੁਸੀਂ ਰੇਗਿਸਤਾਨ ਚ ਲੈ ਜਾ ਕੇ ਪਾਲਦੇ ਹੋ ਉਹੀ ਬੱਚਾ ਜੇ ਉਹਨੂੰ ਤੁਸੀਂ ਇਹਨੂੰ ਪਹਾੜਾਂ 'ਚ ਬਰਫ਼ੀਲੀ ਘਾਟੀਆਂ ਚਲ ਜਾ ਕੇ ਪਾਲਦੇ ਹੂੰ ਜੀ ਉਹੀ ਬੱਚਾ ਜੇ ਉਹਨੂੰ ਤੁਸੀਂ ਕਿਸੇ ਹੋਰ ਇਹੋ ਜੇ ਦੁਨੀਆ ਦੇ ਹਿੱਸੇ 'ਚ ਜਿੱਥੇ ਭੂਗੋਲਕ ਤੌਰ ਦੇ ਉੱਤੇ ਆਪਮਾਨ ਹੋਰ ਤਰ੍ਹਾਂ ਦਾ ਮਾਹੌਲ ਹੋਰ ਤਰ੍ਹਾਂ ਦਾ ਬਿਲਕੁਲ ਸਮਝ ਆਉਂਦਾ ਹਾਂ ਹਾਂ ਸੋ এনवायरमेंट ਦਾ ਅਸਰ ਤਾਂ ਹੁੰਦਾ ਨਾ ਬੰਦੇ ਤੇ ਬਿਲਕੁਲ ਹੁੰਦਾ ਜੀ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਆ ਹਿੰਦੁਸਤਾਨ ਦੇ ਵਿੱਚ ਵੀ ਵੱਖ-ਵੱਖ ਹਿੱਸੇ ਹੈਗੇ ਆ ਹਾਂ ਉਹਨਾਂ ਦੇ ਵੱਖ-ਵੱਖ এনवायरमेंट ਨੇ ਉਹਨਾਂ ਦੀ ਪਰੰਵਰਿਸ਼ ਦੇ ਵੱਖ-ਵੱਖ ਤੌਰ ਤਰੀਕੇ ਨੇ ਉਹਨਾਂ ਦੇ ਵੱਖ-ਵੱਖ ਖਾਣੇ ਨੇ ਸੋ ਉਹਨਾਂ ਦੇ ਉਹ ਲਿਬਾਸ ਵੱਖਰੇ ਨੇ ਸੋ ਉਹ এনवायरमेंट ਦੇ ਵਿੱਚ ਪਲੇ ਹੋਏ ਲੋਕ ਜਿਹੜੇ ਨੇ ਗਰੁੱਪਸ ਨੇ ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਨੇ ਉਹਦੇ ਵਿੱਚ ਇਹ ਤਾਂ ਕੋਈ ਗੱਲ ਹੈ ਨਹੀਂ ਕਿ ਉਹ ਇਨਸਾਨ ਹੈ ਨਹੀਂ ਸਭ ਤੋਂ ਪਹਿਲਾਂ ਤਾਂ ਉਹ ਇਨਸਾਨ ਨੇ ਪਰ এনवायरमेंटਲ ਇੰਪੈਕਟ ਤੋਤਾ ਨਹੀਂ ਜਾ ਸਕਦਾ ਤਦ ਸਭ ਇਹ ਨਹੀਂ ਹੈ ਮੇਰਾ ਕਹਿੰਦਾ ਤਾਂ ਆ ਮਤਲਬ ਨਹੀਂ ਹੈ ਜੀ ਮੇਰਾ ਵੀ ਉਹ ਕਿਉਂ ਐਦਾਂ ਉਹ ਵੀ ਆਪਣੇ ਇਹੀ ਦੱਸਦੇ ਜਿਵੇਂ ਫੁਲਾਣੇ ਪਗੋਲੂ ਕੇ ਏਰੀਏ ਦੇ ਤਦ ਸਭ ਮੈਂ ਕਹਿ ਤਾ ਹੈ ਪਹਿਲਾਂ ਕਿ ਜੇ ਤਾਂ ਤੁਸੀਂ ਆਪਣੀ ਆਈਡੀ ਦੱਸਣ ਲਈ ਕਹਿਣਾ ਇਹ ਜਾ ਕੇ ਫੁਲਾਣੇ ਫਿਰ ਤਾਂ ਠੀਕ ਹੈ ਪਰ ਜੇ ਤੁਸੀਂ ਹੁਣ ਇਹਦੇ ਉੱਤੇ ਗਰਮ ਕਰਕੇ ਦੂਜੇ ਨੂੰ ਬਲੀਟਰਲ ਕਰਨਾ ਜਾ ਕੇ ਪੈਣੀ ਨਹੀਂ ਬਲੀਟਰਲ ਕਰਨ ਵਾਲੀ ਗੱਲ ਨਹੀਂ ਤੇ ਇਹ ਵੀ ਕਰਨਾ ਜੀ ਵੀ ਅਸੀਂ ਐ ਹੁੰਦੇ ਅਸੀਂ ਤੁਸੀਂ ਮੇਰਾ ਕਹਿਆ ਕਹਿੰਦੇ ਮੈਂ ਮਲਬਈ ਹੁੰਨਾ ਤਾਂ ਮੈਂ ਫਲਾਣਾ ਦੁਆਬੀਆ ਹੁੰਨਾ ਇਸ ਗੱਲ ਨੂੰ ਇਹ ਦੁੱਖ ਦਿੰਦੀ ਹੈ ਮੈਨੂੰ ਗੱਲ ਮੈਨੂੰ ਆਈਡੀ ਦੁੱਖ ਨਹੀਂ ਦਿੰਦੀ ਹੈ ਤੁਸੀਂ ਦੱਸ ਦਿਓ ਜੀ ਮੈਂ ਜਲੰਧਰ ਦਾ ਐ ਮੈਂ ਫਲਾਣਾ ਇਹ ਤਾਂ ਕੋਈ ਨਾਥਿੰਗ ਲਾਈਕ ਇਹਦੇ ਦੀ ਕੋਈ ਦੱਸਣਾ ਵੀ ਚਾਹੀਦਾ ਪੈਣਾ ਪਰ ਇਹਦੇ ਉੱਤੇ ਗਰਮ ਫੀਲ ਕਰਨਾ ਜਾ ਕੇ ਔਰ ਸਮਝਣਾ ਪਏ ਮੇਰੇ ਆ ਗੋਣਿਆ ਫਲਾਣਾ ਗੋਣਿਆ ਇਦਾਂ ਗੋਣ ਨਹੀਂ ਇਹਦੇ ਜਿਹੜੇ ਰੀਜ਼ਨ ਨੇ ਰੀਜ਼ਨ ਨਾਲ ਮੈਂ ਤੁਹਾਡੇ ਨਾਲ ਐਗਰੀ ਕਰ ਰਿਹਾ ਕਿ ਦੋਏ ਗੱਲਾਂ ਜਾ ਕੇ ਠੀਕ ਹੈ ਸੋ ਪਰ ਇਹਦੇ ਵਿੱਚ ਇਹ ਤੋਂ ਬਚਣ ਦੀ ਲੋੜ ਹੈ ਤੁਸੀਂ ਬਚ ਸਕਦੇ ਆ ਮੇਰੇ ਆਖੀ ਥਿੰਕ ਕਰਨ ਵਾਲੇ ਬਹੁਤ ਹੈਗੇ ਆ ਬਹੁਤ ਹੈਗੇ ਜਿਹੜੇ ਇਹਨਾਂ ਗੱਲਾਂ ਚੋਂ ਹੈਗੇ ਨਹੀਂ ਮੰਨਦੇ ਹਾਂ ਬਹੁਤ ਬੰਦੇ ਜਿਹੜੇ ਸਾਡੇ ਦੇ ਵਿੱਚ ਹੈਗੇ ਪਰਸਨ ਟੂ ਪਰਸਨ ਡੀਲ ਹੋਣਾ ਚਾਹੀਦਾ ਇਹ ਗਰੁੱਪ ਨਹੀਂ ਕਿ ਫਲਾਨੇ ਗਰੁੱਪਾ ਹੁਣ ਦੇਖੋ ਕਈ ਗੋਰੇ ਬਹੁਤ ਚੰਗੇ ਬੰਦੇ ਆ ਜਿਨ੍ਹਾਂ ਨਾਲ ਸਾਡੀ ਕੋਈ ਸਾਂਝ ਨਹੀਂ ਕਈ ਗੋਰੇ ਨਹੀਂ ਜ਼ਿਆਦਾ ਚੰਗੇ ਆ ਵਾਕਿਆ ਨਾਲ ਤਾਂ ਕਈ ਗੋਰੇ ਮਤਲਬ ਨਾ ਤਾਂ ਉਹਨਾਂ ਨਾਲ ਸਾਡਾ ਖਾਣਾ ਸਾਂਝਾ ਨਾ ਸਾਡਾ ਪੰਜਾਬ ਸਾਂਝਾ ਨਾ ਬੋਲੀ ਸਾਂਝੀ ਆ ਪਰ ਬੜੇ ਅੱਛੇ ਇਨਸਾਨ ਨੇ ਕਈ ਜਿਹੜੇ ਮਲਵਈ ਵੀ ਨੇ ਮੇਰੇ ਦੋਸਤ ਸਾਡੇ ਇਲਾਕੇ ਦੇ ਲੋਕ ਵੀ ਨੇ ਉਹਨਾਂ ਦੇ ਵਿੱਚ ਵੀ ਮਾੜੇ ਬੰਦੇ ਹੈਗੇ ਚੁਗ ਲੈਗੇ ਬਹੁਤ ਤਿੰਨ ਸਾਹਿਬ ਮੈਂ ਤੁਹਾਨੂੰ ਦੱਸਾਂ ਇਸ ਚੀਜ਼ ਤੇ ਗਰਭ ਕਰਨਾ ਮੇਰੀ ਜਾਤ ਆਇਆ ਮੇਰਾ ਧਰਮ ਆਇਆ ਮੇਰਾ ਰੰਗ ਆਇਆ ਮੇਰੀ ਨਸਲ ਆਇਆ ਮੇਰੀ ਸਕਿਨ ਕਲਰ ਆਇਆ ਮੇਰਾ ਮੂਲਕ ਆਇਆ ਇਹਨਾਂ ਗੱਲਾਂ ਦੇ ਉੱਤੇ ਗਰਭ ਕਰਨ ਨੂੰ ਮੈਂ ਕਹਿੰਦਾ ਨਾ ਕਰੋ ਕਿਉਂਕਿ ਤੁਸੀਂ ਇਨਸਾਨ ਹੈ ਸਾਰੇ ਜੀ ਪਰਸਨ ਤੋਂ ਪਰਸਨ ਡੀਲ ਪਰਸਨ ਤੋਂ ਪਰਸਨ ਡੀਲ ਕਰੋ ਜਿਹਦਾ ਤੁਸੀਂ ਹੈਗੇ ਆਂ ਇਨਸਾਨੀਅਤ ਇਹ ਕੋਈ ਗਰਭ ਕਰਨ ਵਾਲੀਆਂ ਗੱਲਾਂ ਨਹੀਂ ਐ ਬੇਨੀ ਮੇਰੀ ਸਕੇਂਦਾਰ ਰੰਗ ਆਇਆ ਜਾਂ ਮੇਰਾ ਜਾਤ ਆਇਆ ਜਾਂ ਮੇਰਾ ਅਮਲ ਕਾ ਇਹ ਗਰਭ ਕਰਨ ਵਾਲੀਆਂ ਗੱਲਾਂ ਨਹੀਂ ਲੇਟਲੀ ਤੁਹਾਨੂੰ ਕਿਸੇ ਨੇ ਦੁਆ ਬੀ ਕਹਤਾ ਨਹੀਂ ਨਹੀਂ ਮੈਨੂੰ ਦੁਆ ਬੀ ਕਹਿੰਦਾ ਨਾ ਕੁਝ ਨਹੀਂ ਆਈ ਡੋਟ ਕੇਅਰ ਪਰ ਇਹ ਗੱਲ ਮੈਂ ਤੁਹਾਨੂੰ ਦੂਜੀ ਗੱਲ ਜਿਹੜੀ ਆ ਇੱਕ ਮੈਂ ਤੁਹਾਨੂੰ ਇਹ ਨੂੰ ਹੁਣ ਆਪਾਂ ਬੰਦ ਕਰ ਦਈਏ ਲਾਸਟ ਵਿੱਚ ਫੇਮ ਐ ਅਪੀਲ ਕਰਦੇ ਆਂ ਵੀ ਇਹ ਤੋਂ ਨਿਕਲੋ ਇਹ ਮਾਝੇ ਮਾਲਵੇ ਦੋਆਬੇ ਚੋਂ ਨਿਕਲ ਕੇ ਇਨਸਾਨ ਬਣੋ ਇਹ ਦੇਖੋ ਇੱਕ ਗੁਰੂ ਸਾਹਿਬ ਦੇ ਮਹਾਨ ਕਥਨ ਦੀ ਵਾਇਲੇਸ਼ਨ ਕਰ ਰਹੇ ਅਸੀਂ ਜਿਸ ਵੇਲੇ ਸੀ ਕਹਿੰਦੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਹੋ ਉਹਨੂੰ ਪਹਿਚਾਣੋ ਸਾਰਿਆਂ ਨੂੰ ਵੇਕਿਆਂ ਸੀ ਜਾ ਕੇ ਇਹ ਅਸੀਂ ਉਹਦੀ ਵਾਇਲੇਸ਼ਨ ਕਰ ਰਹੇ ਅਸੀਂ ਜੀ ਬਿਲਕੁਲ ਸਹੀ ਕਰਦੇ ਆ ਅੱਛਾ ਦੂਜੀ ਗੱਲ ਥਿੰਦ ਸਾਹਿਬ ਮੈਂ ਤੁਹਾਨੂੰ ਦੱਸਾਂ ਕਿਸੇ ਤੋਂ ਕਿਸੇ ਕਿਸਮ ਦਾ ਵੀ ਲਾਲਚ ਬੰਦੇ ਨੂੰ ਕਾਇਰ ਬਣਾ ਦਿੰਦਾ ਜਦੋਂ ਤੁਹਾਡੇ ਕੋਲ ਤੁਹਾਡਾ ਲਾਲਚ ਹੋਵੇ ਨਾ ਕਿਸੇ ਚੀਜ਼ ਦਾ ਫਿਰ ਤੁਸੀਂ ਦਲੇਰ ਨਹੀਂ ਰਹਿੰਦੇ ਬੁਜ਼ਦਲ ਬਣ ਜਾਂਦੇ ਆ ਜਾ ਕੇ ਕਿਉਂਕਿ ਤੁਹਾਨੂੰ ਲਾਲਚ ਹੁੰਦਾ ਜਾਵੇ ਔਰ ਉਹ ਜਿਹੜਾ ਲਾਲਚ ਆ ਉਹ ਕੱਲਾ ਪਦਾਰਥਕੇ ਨਹੀਂ ਹੁੰਦਾ ਹੈ ਪੈਸਿਆਂ ਦਾ ਹੀ ਨਹੀਂ ਹੁੰਦਾ ਕੱਲਾ ਲਾਲਚ ਬੇ ਪੈਸੇ ਹੋ ਗਏ ਜਬ ਮੈਂ ਆਏ ਤਾਂ ਫਾਇਦਾ ਤੁਹਾਡਾ ਰਕਈਆ ਮਾਨਸਿਕ ਲਾਲਚ ਬਹੁਤ ਆ ਇਹ ਹੁਣ ਜਿਹੜੀ ਗੱਲ ਆ ਮੈਂ ਕਰ ਰਿਹਾ ਇਹ ਮੈਂ ਇਸ ਗੱਲ ਕਰਕੇ ਕਰ ਰਿਹਾ ਜਾ ਕੇ ਜੀ ਕਿਉਂਕਿ ਮੈਂ ਇਹ ਦੇਖੇ ਦਿਨ ਸਭ ਇੱਦਾਂ ਦੇ ਲਾਲਚ ਵੀ ਹੈਗੇ ਆ ਹੁਣ ਮੈਂ ਇੱਕ ਗੱਲ ਪਹਿਲਾਂ ਆਪਾਂ ਇੱਕ ਗੱਲ ਕਰ ਲਈਏ ਇੱਕ ਹੈਗਾ ਜਾ ਕੇ ਸਨਮਾਨਤ ਹੋਣਾ ਅੱਜ ਕੱਲ ਬੜਾ ਕੰਮ ਚੱਲ ਰਿਹਾ ਹੈ ਜਾ ਕੇ ਭਈ ਜੀ ਫਲਾਨੇ ਨੇ ਉਹਨੂੰ ਸਨਮਾਨਤ ਕੀਤਾ ਫਲਾਨੇ ਨੇ ਉਹਨੂੰ ਸਨਮਾਨਤ ਕੀਤਾ ਜਾ ਕੇ ਦੇਖੋ ਇਹ ਸਨਮਾਨਤ ਹੋਣਾ ਵੀ ਇੱਕ ਜਿਹੜਾ ਹੈਗਾ ਲਾਲਚ ਆ ਹੂੰ ਇਹ ਵੀ ਲਾਲਚ ਹੈ ਸਿੰਘ ਸਾਹਿਬ ਹਾਲ ਤੇ ਇਹ ਹੋਇਆ ਜਾ ਕੇ ਬੰਦੇ ਮੈਨੂਵਰ ਕਰ ਰਹੇ ਆ ਮੈਨਿਪੂਲੇਟ ਕਰ ਰਹੇ ਆ ਪੇ ਮੈਨੂੰ ਸਨਮਾਨਤ ਕਰੋ ਹੂੰ ਜਦੋਂ ਤੁਸੀਂ ਸਨਮਾਨਤ ਹੋਣ ਦੇ ਲਈ ਜ਼ੋਰ ਲਾਉਂਦੇ ਆ ਕਹਿੰਦੇ ਆ ਜ਼ੋਰ ਪੈਸੇ ਖਰਚਦੇ ਲੋਕ ਤੁਸੀਂ ਥਿੰਸਾ ਫਿਰ ਮੈਂ ਪਤਾ ਕੀ ਸਮਝਦਾ ਤੁਸੀਂ ਪਹਿਲਾਂ ਹੀ અપਮਾਨਿਤ ਹੋ ਕੇ ਸਨਮਾਨਤ ਹੋਣਾ ਚਾਹੁੰਦੇ ਆ ਤੁਸੀਂ ਤਾਂ અપਮਾਨਿਤ ਹੋ ਗਏ ਉਸੇ ਵੇਲੇ ਜਿਸ ਵੇਲੇ ਤੁਸੀਂ ਆਪ ਸਨਮਾਨਤ ਹੋਣ ਲਈ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਜਦੋਂ ਤੁਸੀਂ ਮਨੂਵਰ ਕਰਨਾ ਸ਼ੁਰੂ ਕਰਦਾ ਸਫਾਰਸ਼ਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਮੈਨੂੰ ਸਨਮਾਨਿਤ ਕਰੋ ਉਹ ਤੁਸੀਂ ਸਨਮਾਨਿਤ ਹੋਨੇ ਆ ਤੁਸੀਂ ਆਪਣੇ ਆਪ ਨੂੰ અપਮਾਨਿਤ ਕਰ ਰਹੇ ਹੋ ਜਾ ਕੇ ਜਦ ਤੁਸੀਂ ਇਸ ਲੈਵਲ ਤੇ ਜਾਂਦੇ ਹੋ ਸੋ ਇੱਕ ਤਾਂ ਇਹ ਸੀ ਕਿ ਇਸ ਲੈਵਲ ਤੇ ਕਦੇ ਵੀ ਨਾ ਪਲੀਜ਼ ਕਦੇ ਵੀ ਨਾ ਸਨਮਾਨਿਤ ਜੇ ਤੁਹਾਨੂੰ ਕੋਈ ਕਰਦਾ ਚੰਗੀ ਗੱਲ ਹੈ ਹੋਵੇ ਮੈਂ ਨਹੀਂ ਕਹਿੰਦਾ ਨਾ ਕਰੋ ਜ਼ਰੂਰ ਹੋਵੋ ਪਰ ਇਹਦੇ ਲਈ ਐਫਰਟਸ ਨਾ ਕਰੋ ਜਾ ਕੇ ਇਹਦੇ ਲਈ ਐਫਰਟਸ ਨਾ ਕਰੋ ਪੇ ਮੈਨੂੰ ਸਨਮਾਨਤ ਕਰੋ ਕਿਸੇ ਨੂੰ ਵਿਚ ਪਾਤ ਜਾ ਕੇ ਤੂੰ ਉਹ ਕਹੇ ਗਵਰਨਮੈਂਟ ਤੂੰ ਹਾਲ ਇਹਦਾ ਗਵਰਨਮੈਂਟ ਇਹ ਫਲਾਨਾ ਵਧੀਆ ਬੰਦਾ ਕਿਨੇ ਗਾ ਕੋਈ ਕਈ ਗਵਰਨਮੈਂਟ ਵੱਲੋਂ ਸਨਮਾਨਤ ਹੋ ਰਿਹਾ ਹੈ ਕਈ ادارےਾਂ ਵੱਲੋਂ ਸਨਮਾਨਤ ਹੋ ਰਿਹਾ ਹੈ ਔਰ ਉਹਦੇ ਚ ਹੋ ਰਿਹਾ ਇਹਦੇ ਵਿੱਚ ਇਦਾਂ ਕਰਕੇ ਆਪਣੇ ਆਪ ਨੂੰ ਅਪਮਾਨਿਤ ਨਾ ਕਰੋ ਇਦਾਂ ਬਲਟਲ ਨਾ ਕਰੋ ਆਪਣੇ ਆਪ ਨੂੰ ਜਾ ਕੇ ਪੇ ਮੈਨੂੰ ਸਨਮਾਨਤ ਕਰੋ ਤੁਸੀਂ ਇੱਕ ਗੱਲ ਜੀ ਅੱਛਾ ਦੂਜੀ ਲੌਂਗ ਬੈਗ ਮੈਂ ਤੁਹਾਨੂੰ ਯਾਦ ਹੋਣਾ ਮੈਂ ਇੱਕ ਵਾਰ ਕਹੀ ਸੀ ਇਹ ਗੱਲ ਪੇ ਸਨਮਾਨਤ ਹੋਣ ਹੋਣ ਨਾਲੋਂ ਸਨਮਾਨਤ ਕਰਨ ਵਾਲਾ ਚੰਗਾ ਹੁੰਦਾ ਹੈ ਮੈਂ ਕਰ ਗਏ ਇਸੀ ਗੱਲ ਪੇ ਸਨਮਾਨਤ ਹੋਣਾ ਉਨੀ ਚੰਗੀ ਹੈ ਦੂਜੇ ਨੂੰ ਸਨਮਾਨਤ ਕਰਨ ਵਾਲਾ ਚੰਗਾ ਹੈ ਤੇ ਤੁਹਾਡਾ ਅਫਜ਼ਾ ਸਨਮਾਨਵਾਦ ਮੈਂ ਤੁਹਾਨੂੰ ਇੱਕ ਵਾਰ ਕਿਹਾ ਵੀ ਸੀ ਮੈਂ ਕਿ ਤੁਸੀਂ ਕਿਸੇ ਨੂੰ ਸਨਮਾਨਤ ਕਰਨਾ ਤਾਂ ਮੈਨੂੰ ਰੱਖ ਲਿਓ ਵਿੱਚ ਠੀਕ ਹੈ ਉਹ ਸੀ ਅੱਛਾ ਹੁਣ ਮੇਰੇ ਇੱਕ ਹੋਰ ਗੱਲ ਆਈ ਹੈ ਸਨਮਾਨਤ ਕਰਨ ਵਾਲੇ ਵੀ ਕਿਸੇ ਨੂੰ ਸਨਮਾਨ ਕਰਕੇ ਆਪਣੇ ਆਪ ਨੂੰ ਸਨਮਾਨਤ ਕਰ ਰਹੇ ਆ ਹਮ ਸਨਮਾਨਤ ਕਰਕੇ ਸਨਮਾਨਤ ਇਸ ਗੱਲ ਇਹ ਕਰ ਰਹੇ ਆ ਜਾਂ ਕਿ ਸਾਡਾ ਨੋ ਹੋਵੇ ਸਾਡਾ ਨਾਂ ਹੋਵੇ ਜਾ ਕੇ ਸੇ ਆਪਣੀ ਫੋਟੋ ਫਾਟੂਸ ਪਾਉਣੀ ਹੁੰਦੀ ਹੈ ਤੇ ਸਨਮਾਨ ਤੇ ਐਸ ادارے ਨੇ ਜੀ ਫਲਾਨੇ ਇਹਨਾਂ ਨੂੰ ਸਨਮਾਨਤ ਕੀਤਾ ਉਹਦੇ ਨਾਲ ਵਾਪਸ ਫੀਲ ਕਰਦੇ ਜਾ ਕੇ ਵੀ ਅਸੀਂ ਸਨਮਾਨਤ ਕੀਤੇ ਕਈ ਪੈਸੇ ਵੀ ਦਿੰਦੇ ਆ ਕਈ ਉਦਾਂ ਹੀ ਪੜਨ ਪੜਨ ਜਾਂ ਪਾ ਦਿੰਦੇ ਆ ਕੁਝ ਕਰਦੇ ਆ ਜਾ ਕੇ ਠੀਕ ਹੈ ਨਾ ਉਹ ਸਨਮਾਨਤ ਕਰਦੇ ਜਾ ਕੇ ਸੋ ਮੇਰਾ ਕਹਿੰਦਾ ਮਤਲਬ ਹੈ ਵੀ ਸਨਮਾਨਤ ਹੋਣਾ ਜਾਂ ਸਨਮਾਨਤ ਕਰਨਾ ਜਾਂ ਇਹ ਕੋਈ ਗਲਤ ਗੱਲ ਨਹੀਂ ਹੈ ਠੀਕ ਹੈ ਗੱਲ ਪਰ ਇਹ ਕਿਸ ਭਾਵਨਾ ਕੀਤੀ ਜਾਂਦੀ ਹੈ ਉਹ ਖਰਾਬੀ ਕਰਦੀ ਹੈ ਜੀ ਜੋ ਰੀਅਲੀ ਡਿਜ਼ਰਵਿੰਗ ਵਾਲਾ ਇਹ ਠੀਕ ਹੈ ਜੁਨੀ ਗੱਲ ਹੈ ਤੁਸੀਂ ਸੱਚੀ ਸਮਝਦੇ ਆ ਜਾ ਕੇ ਜੇ ਤੁਸੀਂ ਸਨਮਾਨ ਕਿਸੇ ਨੂੰ ਕਰ ਦਿੱਤਾ ਪਰ ਨਾਲ ਆਪ ਵੀ ਆਪਣਾ ਕਰਨਾ ਸ਼ੁਰੂ ਕਰ ਦਿੱਤਾ ਜਾ ਕੇ ਵੀ ਅਸੀਂ ਆ ਕੀਤਾ ਫਿਰ ਉਹ ਉਹਦੀ ਉਹ ਭਾਵਨਾ ਨਹੀਂ ਰਹਿ ਜਾਂਦੀ ਹੈ ਦੇਖੋ ਇੱਕ ਫੈਸਲ ਸਾਹਿਬ ਦਾ ਸ਼ੇਰ ਹੈ ਜਿਸ ਦਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਦੀ ਹੈ ਜੇ ਲ ਸਪਿਰਿਟ ਦੇ ਨਾਲ ਤੁਸੀਂ ਕੰਮ ਕਰਦੇ ਆ ਉਹ ਚੀਜ਼ ਸਨਮਾਨ ਉਹ ਚੀਜ਼ ਕਾਇਮ ਰਹਦੀ ਹੈ ਬਾਕੀ ਜੇ ਇਹ ਜਾਨ ਤੋਂ ਆਣੀ ਜਾਨੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਜਾਕੇ ਸੋ ਕਿਸੇ ਸਪਿਰਿਟ ਦੇ ਨਾਲ ਕਿਸ ਭਾਵਨਾ ਤੁਸੀਂ ਕੰਮ ਕਰਦੇ ਆ ਉਹ ਨਾ ਕਰੋ ਸਨਮਾਨਤ ਹੋ ਉਹ ਵੀ ਸਨਮਾਨਤ ਕਰੋ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹਨੂੰ ਇਸ ਲੈਵਲ ਤੇ ਨਾ ਲੈ ਜਾਓ ਜਾ ਕੇ ਜਾ ਕੇ ਜਿੱਤੇ ਤੁਹਾਨੂੰ ਸ਼ਰਮ ਆਵੇ ਇਸ ਗੱਲ ਦੇ ਉੱਤੇ ਜਾ ਕੇ ਜਾ ਕੇ ਮੈਂ ਤੁਹਾਡੇ ਮਗਰ ਫੇਰਾ ਤੁਸੀਂ ਕਿਸੇ ਮਗਰ ਫੇਰਾ ਜਾ ਕੇ ਜੀ ਮੈਨੂੰ ਸਨਮਾਨਤ ਕਰੋ ਤਾਂ ਉਹ ਸਨਮਾਨਤ ਕਰਨ ਵਾਲਾ ਵੀ ਫੇਰੇ ਉੱਚਾ ਕੋਈ ਨਹੀਂ ਦੇਖਦੇ ਆ ਤੈਨੂੰ ਹੋਰ ਵੀ ਕਰਦੇ ਮੈਂ ਤੁਹਾਨੂੰ ਇੱਕ ਵਾਰੀ ਗੱਲ ਦੱਸਦਾ ਅਸੀਂ ਮੰਨਣਾ ਨੇ ਕੁਸ਼ਤੀਆਂ ਕਰਾਉਂਦੇ ਅਸੀਂ ਇੱਕ ਵਾਰ ਕੀਤਾ ਵੀ ਜਿਹੜੇ ਪੁਰਾਣੇ ਪਹਿਲਵਾਨ ਆ ਇਹਨੂੰ ਸਨਮਾਨਤ ਕਰਨਾ ਸਨਮਾਨਤ ਕਰਨਾ ਅੱਛਾ ਲੈ ਲੂ ਆਂਦੇ ਪਰਦੇ ਬੁੱਦੇ ਅੱਛਾ ਜਦ ਹੀ ਸਨਮਾਨਤ ਕਰਨਾ ਸ਼ੁਰੂ ਕੀਤਾ ਜੀ ਦੋਹਾਂ ਚੋਂ ਕੀਤਾ ਤੋ ਮੇਰੇ ਕੋ ਭਰਾਣੇ ਭਲਾਣਾ ਇਹਨੂੰ ਤਾਂ ਜੀ ਮੈਂ ਫਲਾਨੀ ਛੰਦੀ ਢਾਇਆ ਤੁਸੀਂ ਇਹਨੂੰ ਸਨਮਾਨਤ ਕਰ ਮੈਨੂੰ ਕੀਤਾ ਮੈਨੂੰ ਕੀਤਾ ਨਹੀਂ ਇਹਨੂੰ ਮੈਂ ਤੇਨੂੰ ਢਾਇਆ ਸੀਗਾ ਜਾ ਕੇ ਇਹ ਕੀ ਜੇ ਮੇਰੇ ਮੋੜ ਜਾ ਕੇ ਤੁਸੀਂ ਇਹਨੂੰ ਸਨਮਾਨਤ ਕਰਦੇ ਸੋ ਇਸ ਕਿਸਮ ਦਾ ਸਨਮਾਨਤ ਜਿਹੜਾ ਹੋਣਾ ਜਾ ਕੇ ਲੜਨਾ ਅਗਲੇ ਲਈ ਪਈ ਜਾ ਕੇ ਫਲਾਨ ਔਰ ਫਿਰ ਜੈਨ ਸੋਣਾ ਜਾ ਕੇ ਫਿਰ ਫਲਾਨੇ ਨੂੰ ਸਨਮਾਨਤ ਕਰਤਾ ਤੁਸੀਂ ਮੈਨੂੰ ਸਨਮਾਨਤ ਕੀਤਾ ਇਹ ਇਹ ਕਾਫੀ ਲੋਕਾਂ ਦੇ ਵਿੱਚ ਰਾਈਟਰਾਂ ਵਗੈਰਾ ਜਿਆਦਾ